ਜਿਹੜੇ ਜਿਹਨਾਂ ਨਾਲ ਲੜਾਈ ਹੋਈ ਆ ਉਹ ਕਹਿੰਦੇ ਕਿ ਇੱਥੇ ਕੁੱਤੇ ਨੂੰ ਰੋਟੀ ਨਹੀਂ ਪਾਣੀ ਹੈ ਨਾ। ਅਤੇ ਉਹ ਬਾਬਾ ਬੋਲੇ ਉਹਨਾਂ ਨੂੰ, ਮੇਰੇ ਸਿਸਟਰ ਅਤੇ ਮੇਰੇ ਮਦਰ ਘਰ ਆ ਗਏ, ਫਿਰ ਮੇਰੇ ਦਾਦੀ ਅੰਮਾ ਉਹਨਾਂ ਨਾਲ ਗੱਲ ਕਰਨ ਗਏ ਅਤੇ ਮੇਰੀ ਦਾਦੀ ਅੰਮਾ ਦੇ ਹੱਥ ਹੀ ਪੈ ਗਏ ਉਹ। ਅਤੇ ਉਹ ਮਤਲਬ ਕਿ ਜਦੋਂ ਕੁੜੀ ਆਈ ਨਾ ਸਾਡੇ ਘਰ, ਅਤੇ ਮੈਂ ਉਹਨੂੰ ਕਿਹਾ ਕਿ ਇੱਥੇ ਰੋਟੀ ਨਾ ਪੁੱਤ ਵਾ, ਇੱਥੇ ਕੁੱਤੇ ਮਤਲਬ ਕਿ ਆਉਂਦੇ ਨੇ ਅਤੇ ਜਿਹੜੇ ਵੀ ਕੋਈ ਮੋਟਰਸਾਈਕਲ ਲੰਘਦੇ ਨੇ ਸਲਿੱਪ ਕਰਦੇ ਨੇ, ਮਗਰ ਪੈਂਦੇ ਨੇ ਕੁੱਤੇ। ਅਤੇ ਮੈਂ ਉਹਨੂੰ ਕਿਹਾ ਇੱਥੇ ਨਾ ਪਾ, ਤੂੰ ਉੱਥੇ ਵਾ, ਥੋੜ੍ਹੀ ਹਟਾਵੀਂ ਪਾ ਦੇ ਰੋਟੀ ਪਾਣੀ ਤੋਂ, ਥੋੜ੍ਹੀ ਹਟਾਵੀਂ ਪਾ ਦੇ। ਅਤੇ ਕਹਿੰਦੀ ਮੈਂ ਤਾਂ ਇੱਥੇ ਪਾਣੀ ਹਾਂ। ਸੋਸ਼ਲ ਮੀਡੀਆ ਉੱਤੇ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੀ ਹੈ। ਇਸ ਵੀਡੀਓ ਵਿੱਚ ਇੱਕ ਹੀ ਪਿੰਡ ਦੇ ਦੋ ਪਰਿਵਾਰ ਆਪਸ 'ਚ ਹੱਥੋਂ ਪਾਈ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਲੜਾਈ ਦੀ ਇਹ ਵਾਰਦਾਤ ਸਿਰਫ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਵਾਪਰੀ। ਜ਼ਖਮੀ ਲੜਕੀ ਨੇ ਦੱਸਿਆ ਕਿ ਉਸਦੀ ਭੈਣ ਅਤੇ ਮਾਂ ਦੂਜੀ ਗਲੀ 'ਚ ਕੁੱਤਿਆਂ ਨੂੰ ਰੋਟੀ ਪਾਉਣ ਲਈ ਗਏ ਅਤੇ ਉਸ ਗਲੀ 'ਚ ਰਹਿੰਦੇ ਇੱਕ ਪਰਿਵਾਰ ਵੱਲੋਂ ਉਹਨਾਂ ਨੂੰ ਬੁਰਾ ਭਲਾ ਬੋਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਦਾਦੀ ਗੱਲ ਕਰਨ ਲਈ ਗਏ ਤਾਂ ਉਹ ਉਹਨਾਂ ਦੀ ਦਾਦੀ ਦੇ ਹੱਥੀ ਪੈ ਗਏ, ਜਿਸ ਤੋਂ ਬਾਅਦ ਲੜਕਾ ਉੱਥੇ ਗਿਆ ਤਾਂ ਉਸਦੀ ਵੀ ਕੁੱਟਮਾਰ ਕੀਤੀ ਗਈ ਅਤੇ ਉਸਦੀ ਭੈਣ ਨੇ ਕੁੱਟਮਾਰ ਦੀ ਵੀਡੀਓ ਬਣਾ ਲਈ। ਦੂਜੇ ਪਰਿਵਾਰ ਦੀ ਜ਼ਖਮੀ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਰੋਟੀ ਪਾਉਣ ਲਈ ਇਸ ਕਰਕੇ ਮਨ੍ਹਾ ਕੀਤਾ ਸੀ ਕਿਉਂਕਿ ਉੱਥੇ ਕੁੱਤੇ ਇਕੱਠੇ ਹੋ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਵੱਢਣ ਲੱਗ ਪੈਂਦੇ ਹਨ। ਅਤੇ ਸਿਰਫ ਇੰਨਾ ਕਹਿਣ 'ਤੇ ਲੜਕੀ ਦੇ ਭਰਾਵਾਂ ਨੇ ਹਮਲਾ ਕਰ ਦਿੱਤਾ। ਮੇਰਾ ਪਿੰਡ ਬਰਨਾਲਾ ਹੈ ਜੀ, ਮੇਰੇ ਸਿਸਟਰ ਅਤੇ ਮੇਰੀ ਮਦਰ ਜਾ ਰਹੇ ਸੀ ਕੁੱਤੇ ਨੂੰ ਰੋਟੀ ਪਾਉਣ, ਲਾਗੇ ਪਿੰਡ ਪੈਂਦਾ ਬਾਬੋ ਵਾਲਾ। ਉੱਥੇ ਮੇਰੇ ਇਹਨਾਂ ਨੇ ਕਹਿੰਦੇ ਜਿਹੜੇ ਜਿਹਨਾਂ ਨਾਲ ਲੜਾਈ ਹੋਈ ਆ ਉਹ ਕਹਿੰਦੇ ਕਿ ਇੱਥੇ ਕੁੱਤੇ ਨੂੰ ਰੋਟੀ ਨਹੀਂ ਪਾਣੀ ਹੈ ਨਾ। ਅਤੇ ਉਹ ਬਾਬਾ ਬੋਲੇ ਉਹਨਾਂ ਨੂੰ, ਮੇਰੇ ਸਿਸਟਰ ਅਤੇ ਮੇਰੇ ਮਦਰ ਘਰ ਆ ਗਏ, ਫਿਰ ਮੇਰੇ ਦਾਦੀ ਅੰਮਾ ਉਹਨਾਂ ਨਾਲ ਗੱਲ ਕਰਨ ਗਏ ਅਤੇ ਮੇਰੀ ਦਾਦੀ ਅੰਮਾ ਦੇ ਹੱਥ ਹੀ ਪੈ ਗਏ ਉਹ। ਫਿਰ ਸਾਨੂੰ ਫੋਨ ਆਇਆ ਕਿ ਇੱਦਾਂ ਇੱਦਾਂ ਇਹ ਹੋਈ ਗੱਲ ਹੋਈ, ਉਹਨਾਂ ਦੇ ਹੱਥੀ ਪੈ ਗਿਆ। ਫਿਰ ਮੈਂ ਅਤੇ ਮੇਰੇ ਸਿਸਟਰ ਗਏ, ਉਹਨਾਂ ਨੇ ਮੈਨੂੰ ਵੀ ਕੁੱਟਿਆ ਅਤੇ ਮੇਰੀ ਸਿਸਟਰ ਨੇ ਵੀਡੀਓ ਵੀ ਬਣਾਈ ਉਹਨਾਂ ਦੇ ਖਿਲਾਫ਼, ਜੋ ਸਾਡੀ ਕੁੱਟਮਾਰ ਹੋਈ। ਸਾਡੀ ਚੈਨੀਆਂ ਵੀ ਖੋਲੀਆਂ ਉਹਨਾਂ ਨੇ, ਖੋਣ ਦੀ ਕੋਸ਼ਿਸ਼ ਕੀਤੀ ਹੈ। ਬੰਦੇ ਲਾਗੇ ਗੁਰਨਾਮ ਸਿੰਘ ਆ, ਰੇਲਵੇ 'ਚ ਨੌਕਰੀ ਕਰਦਾ ਹੈ ਕੋਈ, ਉਹਨਾਂ ਦੇ ਸਾਰਾ ਪਰਿਵਾਰ ਹੈ ਜੀ, ਲਾਗੇ ਆਂਢ ਗੁਆਂਢ ਵੀ ਹੈ। ਗੱਲ ਕੁੱਤੇ ਨੂੰ ਰੋਟੀ ਪਾਉਣ ਗਈ ਸੀ, ਉਹ ਕਹਿੰਦੇ ਕਿ ਇੱਥੇ ਰੋਟੀ ਨਹੀਂ ਪਾਉਣੀ ਕੁੱਤੇ ਨੂੰ, ਇਹ ਨਹੀਂ ਰੀਜ਼ਨ ਪਤਾ ਜੀ। ਉਹ ਕਹਿੰਦੇ ਕਿ ਕੁੱਤੇ ਨੂੰ ਰੋਂਦੇ ਆ ਇੱਥੇ ਰਾਤ ਨੂੰ, ਜਿਹੜੇ ਰੋਟੀ ਪਾ ਕੇ ਜਾਂਦੇ ਤੇ, ਅਤੇ ਮੈਨੂੰ ਇਹ ਦੱਸਿਆ ਜਾਏ ਕਿ ਇੱਥੇ ਕੀ ਗਲਤ ਹੈ ਰੋਟੀ ਪਾਉਣਾ ਕਿਸੇ ਨੂੰ। ਮੇਰੀ ਵੀਡੀਓ ਮੇਰੀ ਸਿਸਟਰ ਨੇ ਬਣਾਈ ਹੈ ਜੀ, ਮੰਗ ਪ੍ਰਸ਼ਾਸਨ ਨੂੰ ਇਨਸਾਫ਼ ਹੀ ਮੰਗਦੇ ਹਾਂ ਜੀ, ਜੋ ਸਾਨੂੰ ਦਿੱਤਾ ਜਾਏ। ਉਹ ਤਾਂ ਸਾਰਾ ਮੁਹੱਲਾ ਘੱਟੋ ਘੱਟ ਅੜਦਾ ਜਾਣੇ ਹੈ ਜੀ, ਮੈਂ ਅਤੇ ਮੇਰੇ ਦਾਦੀ ਹੈ। ਮੇਰੇ ਇੱਟ ਮਾਰੀ ਹੈ ਜੀ, ਇੱਕ ਦਾਤਰ ਮਾਰੇ ਦਾ, ਮੇਰੇ ਦਾਦੀ ਅੰਮਾ ਦੇ ਹੱਥ 'ਚ ਦੰਦੀ ਵੱਢੀ ਆ ਅਤੇ ਨਾਲ ਸਿਰ 'ਤੇ ਇੱਟ ਮਾਰੀ ਹੈ, ਇੱਟ ਮਾਰੀ ਹੈ ਅਤੇ ਨਾਲ ਦੰਦੀ ਵੱਢੀ ਆ ਉਂਗੇ ਉੱਠੇ ਦੇ। ਕੋਈ ਨਹੀਂ, ਕੱਲ੍ਹ ਬਣਿਆ ਲੈ ਗਏ ਜੀ, ਲੈ ਕੇ ਮੌਕਾ ਦੇ ਕੇ, ਪਰ ਅੱਜ ਬਿਆਨ ਦੇਖਣ ਕੋਈ ਨਹੀਂ ਆਇਆ। ਚੌਂਕ ਸਾਡਾ ਘਰ ਆ ਚੌਂਕ ਵਿੱਚ, ਮੈਂ ਉਹਨਾਂ ਨੂੰ ਇਹੀ ਕਿਹਾ ਸੀ ਉਹ ਕੁੜੀਆਂ ਆਉਂਦੀਆਂ ਸੀ ਇੱਕ ਦੋ ਗਲੀਆਂ ਛੱਡ ਕੇ, ਮਤਲਬ ਕਿ ਆਪ ਤੋਂ ਪੁਲੀ ਤੋਂ ਪਾਰ ਰਹਿੰਦੀਆਂ ਸੀ, ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਆ ਹਰਕ੍ਰਿਸ਼ਨ ਸਕੂਲ ਦੀ ਜਿਹੜੀ ਸੜਕ ਜਾਂਦੀ ਆ ਅੰਦਰ ਨੂੰ, ਉੱਥੇ ਉਹਨਾਂ ਦਾ ਘਰ, ਉਹ ਉੱਥੇ ਰਹਿੰਦੇ ਸੀਗੇ। ਅਤੇ ਉਹ ਮਤਲਬ ਕਿ ਜਦੋਂ ਕੁੜੀ ਆਈ ਨਾ ਸਾਡੇ ਘਰ, ਅਤੇ ਮੈਂ ਉਹਨੂੰ ਕਿਹਾ ਕਿ ਇੱਥੇ ਰੋਟੀ ਨਾ ਪੁੱਤ ਵਾ, ਇੱਥੇ ਕੁੱਤੇ ਮਤਲਬ ਕਿ ਆਉਂਦੇ ਨੇ ਅਤੇ ਜਿਹੜੇ ਵੀ ਕੋਈ ਮੋਟਰਸਾਈਕਲ ਲੰਘਦੇ ਨੇ ਸਲਿੱਪ ਕਰਦੇ ਨੇ, ਮਗਰ ਪੈਂਦੇ ਨੇ ਕੁੱਤੇ। ਅਤੇ ਮੈਂ ਉਹਨੂੰ ਕਿਹਾ ਇੱਥੇ ਨਾ ਪਾ, ਤੂੰ ਉੱਥੇ ਵਾ, ਥੋੜ੍ਹੀ ਹਟਾਵੀਂ ਪਾ ਦੇ ਰੋਟੀ ਪਾਣੀ ਤੋਂ, ਥੋੜ੍ਹੀ ਹਟਾਵੀਂ ਪਾ ਦੇ। ਅਤੇ ਕਹਿੰਦੀ ਮੈਂ ਤਾਂ ਇੱਥੇ ਪਾਣੀ ਹਾਂ, ਮੈਂ ਤਾਂ ਇੱਥੇ ਹੀ ਪਾਉਣੀ ਆ ਇੱਥੇ। ਇੰਨੇ 'ਚ ਹੀ ਉਹਨੇ, ਪਤਾ ਨਹੀਂ ਮੈਨੂੰ ਲੱਗਾ ਕਿਹੜੇ ਵੇਲੇ ਉਹਨੇ ਫੋਨ ਕਰਤਾ ਮੁੰਡੇ ਸੱਦ ਲਏ ਅਤੇ ਮੇਰੇ ਹੱਥੀ ਪੈ ਗਈ, ਅਤੇ ਮੈਨੂੰ ਪਤਾ ਨਹੀਂ ਲੱਗਾ ਇਹ ਮੈਨੂੰ ਬਚਾਉਣ ਵਾਸਤੇ ਆ ਗਏ, ਮੇਰੇ ਹਸਬੈਂਡ ਨਾਲ ਮੇਰੀ ਕੁੜੀ ਆ ਗਈ। ਉਹ ਸਾਡੇ ਘਰ ਦੇ ਬੂਹੇ ਦੇ ਅੱਗੇ ਵਾਪਰੀ, ਸਾਡਾ ਘਰ, ਉਹ ਬਿਲਕੁਲ ਸਾਡਾ ਘਰ, ਸਾਡੇ ਘਰ ਹੀ, ਸਾਡੇ ਘਰ ਆਣ ਕੇ ਉਹਨਾਂ ਨੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਹੱਥ ਵਿੱਚ ਡਾਂਟ ਲੈ ਕੇ ਆਏ ਮੁੰਡੇ ਨਾਲ ਲਿਆਂਦੇ ਦੇ, ਉਹਨਾਂ ਨੇ ਉਹ ਉਹਨਾਂ ਨੇ ਕੀਤੀ, ਅਸੀਂ ਨਹੀਂ ਕੀਤੀ। ਅਸੀਂ ਸਾਡੇ ਕੋਲ ਪੂਣੀਆਂ ਨਹੀਂ, ਸਾਨੂੰ ਤਾਂ ਇੰਨਾ ਥੋੜ੍ਹੀ ਪਤਾ ਸੀ ਕਿ ਅਸੀਂ ਵੀਡੀਓ ਬਣਾਈਏ, ਅਸੀਂ ਵਾਇਰਲ ਨਹੀਂ ਕੀਤੀ। ਉਹ ਉਹਨਾਂ ਦਾ ਫੋਨ ਸੀਗਾ, ਉਹਨਾਂ ਨੇ ਵਾਇਰਲ ਕੀਤੀ ਕਿਉਂਕਿ ਉਹਨਾਂ ਨੇ ਕੁੜੀ ਨੇ ਬਣਾਈ ਆ ਉਹ ਮੂਵੀ, ਅਸੀਂ ਨਹੀਂ ਬਣਾਈ ਹੈਗੀ। ਉਹ ਸਾਡੇ ਘਰ ਦੇ ਬੂਹੇ ਦੇ ਸਾਹਮਣੇ ਹੀ ਹੋਈ, ਸਾਡੇ ਦੇ ਗੇਟ ਸਾਹਮਣੇ ਹੀ ਹੋਈ। ਮੰਗ ਤਾਂ ਅਸੀਂ ਕੁਛ ਨਹੀਂ ਕਰਦੇ ਜੀ, ਅਸੀਂ ਲੜ ਕੇ ਰਾਜੀ ਨਹੀਂ ਪਹਿਲੇ ਨੰਬਰ 'ਤੇ, ਅਸੀਂ ਤਾਂ ਲੜ ਕੇ ਰਾਜੀ, ਅਸੀਂ ਚਾਹੁੰਦੇ ਹੀ ਨਹੀਂ ਲੜਾਈ ਹੋਵੇ। ਅਸੀਂ ਜਦੋਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਰੋਟੀ ਇੱਥੇ ਨਾ ਪਾਓ, ਉੱਥੇ ਪਾਓ, ਕਹਿੰਦੇ ਕੋਈ ਗੱਲ ਨਹੀਂ ਅਸੀਂ ਉੱਥੇ ਪਾ ਦਿੰਦੇ ਹਾਂ, ਤਾਂ ਚੱਲ ਜਾਂਦੇ, ਕੋਈ ਗੱਲ ਹੀ ਨਹੀਂ। ਜਦੋਂ ਉਹ ਕਹਿੰਦੇ ਕਿ ਅਸੀਂ ਆਏ ਲੜਨ ਵਾਸਤੇ ਹਾਂ, ਤਾਂ ਉਹ ਕਹਿੰਦੇ ਸੀ ਮੈਂ ਪਾਉਣੀ ਪਾਉਣੀ ਆ, ਕਰ ਲਓ ਕੇਸ ਜਿੱਥੇ ਕਰਨਾ। ਮੇਰੇ ਗੁੱਜੀਆਂ ਸੱਟਾਂ ਮਾਰੀਆਂ ਜੀ, ਇਹ ਦੇਖੋ ਤਾਂ ਮੇਰੇ ਲੱਕ 'ਤੇ ਬੱਚੀਆਂ ਬਸ, ਬਾਕੀ ਮੇਰੇ ਹਸਬੈਂਡ ਜਖਮੀ ਆ ਕਿਉਂਕਿ ਉਹਨਾਂ ਦੇ ਹੱਥ 'ਚ ਡਰਾਟ ਸੀਗਾ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ।
ਜਿਹੜੇ ਜਿਹਨਾਂ ਨਾਲ ਲੜਾਈ ਹੋਈ ਆ ਉਹ ਕਹਿੰਦੇ ਕਿਤੇ ਕੁੱਤੇ ਨੂੰ ਰੋਟੀ ਨਹੀਂ ਪਾਣੀ ਹੈ ਨਾ। ਅਤੇ ਉਹ ਬਾਬਾ ਬੋਲੇ ਉਹਨਾਂ ਨੂੰ, ਮੇਰੇ ਸਿਸਟਰ ਅਤੇ ਮੇਰੇ ਮਦਰ ਘਰ ਆ ਗਏ, ਫਿਰ ਮੇਰੇ ਦਾਦੀ ਅੰਮਾ ਉਹਨਾਂ ਨਾਲ ਗੱਲ ਕਰਨ ਗਏ ਅਤੇ ਮੇਰੀ ਦਾਦੀ ਅੰਮਾ ਦੇ ਹੱਥ ਹੀ ਪੈ ਗਏ ਉਹ। ਅਤੇ ਉਹ ਮਤਲਬ ਕਿ ਜਦੋਂ ਉਹ ਕੁੜੀ ਆਈ ਨਾ ਸਾਡੇ ਘਰ, ਅਤੇ ਮੈਂ ਉਹਨੂੰ ਕਿਹਾ ਕਿ ਇੱਥੇ ਰੋਟੀ ਨਾ ਪੁੱਤ ਪਾ, ਇੱਥੇ ਕੁੱਤੇ ਮਤਲਬ ਕਿ ਆਉਂਦੇ ਨੇ ਅਤੇ ਜਿਹੜੇ ਵੀ ਕੋਈ ਮੋਟਰਸਾਈਕਲ ਲੰਘਦੇ ਨੇ ਸਲਿੱਪ ਕਰਦੇ ਨੇ ਮਗਰ ਪੈਂਦੇ ਨੇ ਕੁੱਤੇ। ਅਤੇ ਮੈਂ ਉਹਨੂੰ ਕਿਹਾ ਇੱਥੇ ਨਾ ਪਾ, ਤੂੰ ਉੱਥੇ ਪਾ, ਥੋੜ੍ਹੀ ਹਟਾਵੀਂ ਪਾ ਦੇ ਰੋਟੀ ਪਾਣੀ ਤੋਂ, ਥੋੜ੍ਹੀ ਹਟਾਵੀਂ ਪਾ ਦੇ। ਅਤੇ ਕਹਿੰਦੀ ਮੈਂ ਤਾਂ ਇੱਥੇ ਪਾਣੀ ਹਾਂ। ਸੋਸ਼ਲ ਮੀਡੀਆ ਉੱਤੇ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੀ ਹੈ। ਇਸ ਵੀਡੀਓ ਵਿੱਚ ਇੱਕ ਹੀ ਪਿੰਡ ਦੇ ਦੋ ਪਰਿਵਾਰ ਆਪਸ 'ਚ ਹੱਥੋਂ ਪਾਈ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਲੜਾਈ ਦੀ ਇਹ ਵਾਰਦਾਤ ਸਿਰਫ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਵਾਪਰੀ। ਜ਼ਖਮੀ ਲੜਕੀ ਨੇ ਦੱਸਿਆ ਕਿ ਉਸਦੀ ਭੈਣ ਅਤੇ ਮਾਂ ਦੂਜੀ ਗਲੀ 'ਚ ਕੁੱਤਿਆਂ ਨੂੰ ਰੋਟੀ ਪਾਉਣ ਲਈ ਗਏ ਅਤੇ ਉਸ ਗਲੀ 'ਚ ਰਹਿੰਦੇ ਇੱਕ ਪਰਿਵਾਰ ਵੱਲੋਂ ਉਹਨਾਂ ਨੂੰ ਬੁਰਾ ਭਲਾ ਬੋਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਦਾਦੀ ਗੱਲ ਕਰਨ ਲਈ ਗਏ ਤਾਂ ਉਹ ਉਹਨਾਂ ਦੀ ਦਾਦੀ ਦੇ ਹੱਥੀਂ ਪੈ ਗਏ, ਜਿਸ ਤੋਂ ਬਾਅਦ ਲੜਕਾ ਉੱਥੇ ਗਿਆ ਤਾਂ ਉਸਦੀ ਵੀ ਕੁੱਟਮਾਰ ਕੀਤੀ ਗਈ ਅਤੇ ਉਸਦੀ ਭੈਣ ਨੇ ਕੁੱਟਮਾਰ ਦੀ ਵੀਡੀਓ ਬਣਾ ਲਈ। ਦੂਜੇ ਪਰਿਵਾਰ ਦੀ ਜ਼ਖਮੀ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਰੋਟੀ ਪਾਉਣ ਲਈ ਇਸ ਕਰਕੇ ਮਨ੍ਹਾ ਕੀਤਾ ਸੀ ਕਿਉਂਕਿ ਉੱਥੇ ਕੁੱਤੇ ਇਕੱਠੇ ਹੋ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਵੱਢਣ ਲੱਗ ਪੈਂਦੇ ਹਨ। ਅਤੇ ਸਿਰਫ ਇੰਨਾ ਕਹਿਣ 'ਤੇ ਲੜਕੀ ਦੇ ਭਰਾਵਾਂ ਨੇ ਹਮਲਾ ਕਰ ਦਿੱਤਾ। ਮੇਰਾ ਪਿੰਡ ਬਰਨਾਲਾ ਹੈ ਜੀ, ਮੇਰੇ ਸਿਸਟਰ ਅਤੇ ਮੇਰੀ ਮਦਰ ਜਾ ਰਹੇ ਸੀ ਕੁੱਤੇ ਨੂੰ ਰੋਟੀ ਪਾਉਣ, ਲਾਗੇ ਪਿੰਡ ਪੈਂਦਾ ਬਾਬੋਲ। ਉੱਥੇ ਮੇਰੇ ਇਹਨਾਂ ਨੇ ਕਹਿੰਦੇ ਜਿਹੜੇ ਜਿਹਨਾਂ ਨਾਲ ਲੜਾਈ ਹੋਈ ਆ ਉਹ ਕਹਿੰਦੇ ਕਿਤੇ ਕੁੱਤੇ ਨੂੰ ਰੋਟੀ ਨਹੀਂ ਪਾਣੀ ਹੈ ਨਾ। ਅਤੇ ਉਹ ਬਾਬਾ ਬੋਲੇ ਉਹਨਾਂ ਨੂੰ, ਮੇਰੇ ਸਿਸਟਰ ਅਤੇ ਮੇਰੇ ਮਦਰ ਘਰ ਆ ਗਏ, ਫਿਰ ਮੇਰੇ ਦਾਦੀ ਅੰਮਾ ਉਹਨਾਂ ਨਾਲ ਗੱਲ ਕਰਨ ਗਏ ਅਤੇ ਮੇਰੀ ਦਾਦੀ ਅੰਮਾ ਦੇ ਹੱਥ ਹੀ ਪੈ ਗਏ ਉਹ। ਫਿਰ ਸਾਨੂੰ ਫੋਨ ਆਇਆ ਕਿ ਇੱਦਾਂ ਇਹ ਗੱਲ ਹੋਈ ਉਹਨਾਂ ਦੇ ਹੱਥੀਂ ਪੈ ਗਿਆ। ਫਿਰ ਮੈਂ ਅਤੇ ਮੇਰੀ ਸਿਸਟਰ ਗਏ, ਉਹਨਾਂ ਨੇ ਮੈਨੂੰ ਵੀ ਕੁੱਟਿਆ ਅਤੇ ਮੇਰੀ ਸਿਸਟਰ ਨੇ ਵੀਡੀਓ ਵੀ ਬਣਾਈ ਉਹਨਾਂ ਦੇ ਖਿਲਾਫ਼, ਜੋ ਸਾਡੀ ਕੁੱਟਮਾਰ ਹੋਈ। ਸਾਡੀ ਚੈਨੀਆਂ ਵੀ ਖੋਲੀਆਂ ਉਹਨਾਂ ਨੇ, ਖੋਣ ਦੀ ਕੋਸ਼ਿਸ਼ ਕੀਤੀ ਹੈ। ਬੰਦੇ ਲਾਗੇ ਗੁਰਨਾਮ ਸਿੰਘ ਆ, ਰੇਲਵੇ 'ਚ ਨੌਕਰੀ ਕਰਦਾ ਹੈ ਕੋਈ, ਉਹਨਾਂ ਦੇ ਸਾਰਾ ਪਰਿਵਾਰ ਹੈ ਜੀ, ਲਾਗੇ ਆਂਢ ਗੁਆਂਢ ਵੀ ਹੈ। ਗੱਲ ਕੁੱਤੇ ਨੂੰ ਰੋਟੀ ਪਾਉਣ ਗਏ ਸੀ, ਉਹ ਕਹਿੰਦੇ ਕਿ ਇੱਥੇ ਰੋਟੀ ਨਹੀਂ ਪਾਉਣੀ ਕੁੱਤੇ ਨੂੰ, ਐਂ ਨਹੀਂ ਰੀਜ਼ਨ ਪਤਾ ਜੀ। ਉਹ ਕਹਿੰਦੇ ਕਿ ਕੁੱਤੇ ਨੂੰ ਰੋਂਦੇ ਆ ਇੱਥੇ ਰਾਤ ਨੂੰ ਜਿਹੜੇ ਨੂੰ ਰੋਟੀ ਪਾ ਕੇ ਜਾਂਦੇ ਤੁਸੀਂ, ਅਤੇ ਮੈਨੂੰ ਇਹ ਦੱਸਿਆ ਜਾਏ ਕਿ ਇੱਥੇ ਕੀ ਗਲਤ ਹੈ ਰੋਟੀ ਪਾਉਣਾ ਗਿਆ। ਮੇਰੀ ਵੀਡੀਓ ਮੇਰੀ ਸਿਸਟਰ ਨੇ ਬਣਾਈ ਹੈ ਜੀ, ਮੰਗ ਪ੍ਰਸ਼ਾਸਨ ਤੋਂ ਇਨਸਾਫ ਹੀ ਮੰਗਦੇ ਹਾਂ ਜੀ, ਜੋ ਸਾਨੂੰ ਦਿੱਤਾ ਜਾਏ। ਉਹ ਤਾਂ ਸਾਰਾ ਮੁਹੱਲਾ ਘੱਟੋ ਘੱਟ ਅੜਦਾ ਜਾਣੇ ਹੈ ਇਹੀ, ਮੈਂ ਅਤੇ ਮੇਰੇ ਦਾਦੀ ਹੈ। ਮੇਰੇ ਇੱਟ ਮਾਰੀ ਹੈ ਜੀ, ਇੱਕ ਦਾਤਰ ਮਾਰੇ ਦਾ, ਮੇਰੇ ਦਾਦੀ ਅੰਮਾ ਦੇ ਹੱਥ 'ਤੇ ਦੰਦੀ ਵੱਢੀ ਆ ਅਤੇ ਨਾਲ ਸਿਰ 'ਤੇ ਇੱਟ ਮਾਰੀ ਹੈ, ਇੱਟ ਮਾਰੀ ਹੈ ਅਤੇ ਨਾਲ ਦੰਦੀ ਵੱਢੀ ਆ ਅੰਗੂਠੇ ਦੇ। ਕੋਈ ਨਹੀਂ, ਕੱਲ੍ਹ ਬਣਿਆ ਲੈ ਗਏ ਸੀ, ਲੈ ਕੇ ਮੌਕਾ ਦੇ ਕੇ, ਪਰ ਅਜੇ ਬਿਆਨ ਦੇਖਣ ਕੋਈ ਨਹੀਂ ਆਇਆ। ਚੌਂਕ ਸਾਡਾ ਘਰ ਆ ਚੌਂਕ ਵਿੱਚ, ਮੈਂ ਉਹਨਾਂ ਨੂੰ ਇਹੀ ਕਿਹਾ ਸੀ ਉਹ ਕੁੜੀਆਂ ਆਉਂਦੀਆਂ ਸੀ ਇੱਕ ਦੋ ਗਲੀਆਂ ਛੱਡ ਕੇ, ਮਤਲਬ ਕਿ ਆਪ ਤਾਂ ਉਹ ਪੁਲੀ ਤੋਂ ਪਾ ਰਹਿੰਦੀਆਂ ਸੀ, ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਆ ਹਰਕ੍ਰਿਸ਼ਨ ਸਕੂਲ ਦੀ ਜਿਹੜੀ ਸੜਕ ਜਾਂਦੀ ਆ ਅੰਦਰ ਨੂੰ, ਉੱਥੇ ਉਹਨਾਂ ਦਾ ਘਰ, ਉਹ ਉੱਥੇ ਰਹਿੰਦੇ ਸੀਗੇ। ਅਤੇ ਉਹ ਮਤਲਬ ਕਿ ਜਦੋਂ ਉਹ ਕੁੜੀ ਆਈ ਨਾ ਸਾਡੇ ਘਰ, ਅਤੇ ਮੈਂ ਉਹਨੂੰ ਕਿਹਾ ਕਿ ਇੱਥੇ ਰੋਟੀ ਨਾ ਪੁੱਤ ਪਾ, ਇੱਥੇ ਕੁੱਤੇ ਮਤਲਬ ਕਿ ਆਉਂਦੇ ਨੇ ਅਤੇ ਜਿਹੜੇ ਵੀ ਕੋਈ ਮੋਟਰਸਾਈਕਲ ਲੰਘਦੇ ਨੇ ਸਲਿੱਪ ਕਰਦੇ ਨੇ ਮਗਰ ਪੈਂਦੇ ਨੇ ਕੁੱਤੇ। ਅਤੇ ਮੈਂ ਉਹਨੂੰ ਕਿਹਾ ਇੱਥੇ ਨਾ ਪਾ, ਤੂੰ ਉੱਥੇ ਪਾ, ਥੋੜ੍ਹੀ ਹਟਾਵੀਂ ਪਾ ਦੇ ਰੋਟੀ ਪਾਣੀ ਤੋਂ, ਥੋੜ੍ਹੀ ਹਟਾਵੀਂ ਪਾ ਦੇ। ਅਤੇ ਕਹਿੰਦੀ ਮੈਂ ਤਾਂ ਇੱਥੇ ਪਾਣੀ ਆ, ਮੈਂ ਤਾਂ ਇੱਥੇ ਹੀ ਪਾਉਣੀ ਆ ਇੱਥੇ। ਇੰਨੇ 'ਚ ਹੀ ਉਹਨੇ, ਪਤਾ ਨਹੀਂ ਮੈਨੂੰ ਲੱਗਾ ਕਿਹੜੇ ਵੇਲੇ ਉਹਨੇ ਫੋਨ ਕਰਤਾ ਮੁੰਡੇ ਸੱਦ ਲਏ ਅਤੇ ਮੇਰੇ ਹੱਥੀਂ ਪੈ ਗਈ, ਅਤੇ ਮੈਨੂੰ ਪਤਾ ਨਹੀਂ ਲੱਗਾ ਇਹ ਮੈਨੂੰ ਬਚਾਉਣ ਵਾਸਤੇ ਆ ਗਏ, ਮੇਰੇ ਹਸਬੈਂਡ ਨਾਲ ਮੇਰੀ ਕੁੜੀ ਨਾਲ। ਉਹ ਸਾਡੇ ਘਰ ਦੇ ਬੂਹੇ ਦੇ ਅੱਗੇ ਵਾਪਰੀ, ਸਾਡਾ ਘਰ, ਉਹ ਬਿਲਕੁਲ ਸਾਡਾ ਘਰ, ਸਾਡੇ ਘਰ ਹੀ, ਸਾਡੇ ਘਰ ਆਣ ਕੇ ਉਹਨਾਂ ਨੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਹੱਥ ਵਿੱਚ ਡਾਂਟ ਲੈ ਕੇ ਆਏ ਮੁੰਡੇ ਨਾਲ ਲਿਆਂਦੇ ਦੇ, ਉਹਨਾਂ ਨੇ ਉਹ ਉਹਨਾਂ ਨੇ ਕੀਤੀ, ਅਸੀਂ ਨਹੀਂ ਕੀਤੀ। ਅਸੀਂ ਸਾਡੇ ਕੋਲ ਫੋਨ ਹੀ ਹੈ ਨਹੀਂ, ਸਾਨੂੰ ਤਾਂ ਇੰਨਾ ਥੋੜ੍ਹੀ ਪਤਾ ਸੀ ਕਿ ਅਸੀਂ ਵੀਡੀਓ ਬਣਾਈਏ, ਅਸੀਂ ਵਾਇਰਲ ਨਹੀਂ ਕੀਤੀ। ਉਹ ਉਹਨਾਂ ਦਾ ਫੋਨ ਸੀਗਾ, ਉਹਨਾਂ ਨੇ ਵਾਇਰਲ ਕੀਤੀ ਕਿਉਂਕਿ ਉਹਨਾਂ ਨੇ ਕੁੜੀ ਨੇ ਬਣਾਈ ਆ ਉਹ ਮੂਵੀ, ਅਸੀਂ ਨਹੀਂ ਬਣਾਈ ਹੈਗੀ। ਉਹ ਸਾਡੇ ਘਰ ਦੇ ਬੂਹੇ ਦੇ ਸਾਹਮਣੇ ਹੀ ਹੋਈ, ਸਾਡੇ ਦੇ ਗੇਟ ਸਾਹਮਣੇ ਹੀ ਹੋਈ। ਮੰਗ ਤਾਂ ਅਸੀਂ ਕੁਛ ਨਹੀਂ ਕਰਦੇ ਜੀ, ਅਸੀਂ ਲੜ ਕੇ ਰਾਜੀ ਨਹੀਂ ਪਹਿਲੇ ਨੰਬਰ 'ਤੇ, ਅਸੀਂ ਤਾਂ ਲੜ ਕੇ ਰਾਜੀ, ਅਸੀਂ ਚਾਹੁੰਦੇ ਹੀ ਨਹੀਂ ਲੜਾਈ ਹੋਵੇ। ਅਸੀਂ ਜਦੋਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਰੋਟੀ ਇੱਥੇ ਨਾ ਪਾਓ ਉੱਥੇ ਪਾਓ, ਕਹਿੰਦੇ ਕੋਈ ਗੱਲ ਨਹੀਂ ਉੱਥੇ ਪਾ ਦਿੰਦੇ ਤਾਂ ਚੱਲ ਜਾਂਦੇ, ਕੋਈ ਗੱਲ ਹੀ ਨਹੀਂ। ਜਦੋਂ ਉਹ ਕਹਿੰਦੇ ਕਿ ਅਸੀਂ ਆਏ ਲੜਨ ਵਾਸਤੇ ਹਾਂ, ਤਾਂ ਉਹ ਕਹਿੰਦੇ ਸੀ ਮੈਂ ਪਾਉਣੀ ਪਾਉਣੀ ਆ, ਕਰ ਲਓ ਕੇਸ ਜਿੱਥੇ ਕਰਨਾ। ਮੇਰੇ ਗੁੱਜੀਆਂ ਸੱਟਾਂ ਮਾਰੀਆਂ ਜੀ, ਇਹ ਦੇਖੋ ਤਾਂ ਮੇਰੇ ਲੱਕ 'ਤੇ ਬੱਚੀਆਂ ਬਸ, ਬਾਕੀ ਮੇਰੇ ਹਸਬੈਂਡ ਜਖਮੀ ਆ ਕਿਉਂਕਿ ਉਹਨਾਂ ਦੇ ਹੱਥ 'ਚ ਡਰਾਟ ਸੀਗਾ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ।